ਅਮਰੀਕਾ ਦੇ ਨਿਊ ਜਰਸੀ ਦੇ ਵਿੱਚ ਪੰਜਾਬ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਤੇ ਇੱਕ ਨੌਜਵਾਨ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ, ਜਿਸ ਕਾਰਨ ਇੱਕ ਭੈਣ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਅਮਰੀਕਾ ਪੁਲਿਸ ਨੇ ਮੌਕੇ ਤੇ ਜ਼ਖਮੀ ਹਾਲਤ ਦੇ ਵਿੱਚ ਚੁੱਕ ਕੇ ਨਿਊ ਜਰਸੀ ਦੇ ਹਸਪਤਾਲ ਭਰਤੀ ਕਰਵਾਇਆ। ਜਾਣਕਾਰੀ ਮੁਤਾਬਿਕ ਇਹ ਦੋਵੇਂ ਚਚੇਰੀਆਂ ਭੈਣਾਂ ਸਨ। ਇਸ ਘਟਨਾ ਨੂੰ ਅੰਜਾਮ ਪੰਜਾਬ ਦੇ ਹੁਸੈਨਪੁਰ ਦੇ ਰਹਿਣ ਵਾਲੇ ਗੌਰਵ ਗਿੱਲ ਨੇ ਦਿੱਤਾ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ, ਜਿਸ ਨੂੰ ਅਮਰੀਕਾ ਪੁਲਿਸ ਨੇ ਘਟਨਾ ਸਥਾਨ ਤੋਂ ਕੁਝ ਹੀ ਘੰਟਿਆਂ ਦੇ ਬਾਅਦ ਗ੍ਰਿਫਤਾਰ ਕੀਤਾ ਹੈ, ਜਿਸ ਦੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਕਿ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਮੁਲਜ਼ਮ ਨੂੰ ਕਾਬੂ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਗੌਰਵ ਗਿੱਲ ਜਲੰਧਰ ਦੀ ਰਹਿਣ ਵਾਲੀ ਜਸਵੀਰ ਕੌਰ ਨੂੰ ਜਾਣਦਾ ਸੀ, ਪਰ ਕਿਸੇ ਕਾਰਨ ਕਰਕੇ ਇਹਨਾਂ ਦੋਵਾਂ ਦੇ ਵਿਚਕਾਰ ਕਲੇਸ਼ ਚੱਲ ਰਿਹਾ ਸੀ ਤੇ ਖੁੰਦਕ ਦੇ ਵਿੱਚ ਆ ਕੇ ਗੌਰਵ ਗਿੱਲ ਨੇ ਜਸਵੀਰ ਤੇ ਗੋਲੀਆਂ ਚਲਾ ਦਿੱਤੀਆਂ ਤੇ ਇਸ ਵਾਰਦਾਤ ਦੇ ਵਿੱਚ ਜਸਵੀਰ ਦੀ ਭੈਣ, ਜਿਸ ਦੀ ਉਮਰ 20 ਸਾਲ ਦੀ ਸੀ, ਉਹ ਵੀ ਜ਼ਖਮੀ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਜਸਵੀਰ ਕੌਰ ਵਿਆਹਤਾ ਸੀ, ਜਿਸ ਦਾ ਪਤੀ ਟਰੱਕ ਚਲਾਉਂਦਾ ਤੇ ਘਟਨਾ ਦੇ ਵੇਲੇ ਜਸਵੀਰ ਕੌਰ ਦਾ ਪਤੀ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਮੁਲਜ਼ਮ ਦੇ ਕੋਲੋਂ ਮਰਡਰ ਵੈਪਨ ਵੀ ਬਰਾਮਦ ਕੀਤਾ ਗਿਆ, ਪਰ ਇਸ ਵਾਰਦਾਤ ਦੇ ਵਿੱਚ ਜਸਵੀਰ ਦੀ 20 ਸਾਲਾ ਭੈਣ ਦੀ ਹਾਲਤ ਅਜੇ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਕੋਈ ਗੱਲ ਨਹੀਂ ਹੋਈ ਸਾਡੀ ਉਹਦੇ ਨਾਲ। ਅੱਛਾ, ਜਿਹੜਾ ਇਹ ਨਿਊ ਜਰਸੀ ਹਾਦਸਾ ਹੋਇਆ, ਤੁਸੀਂ ਛੋਟੇ ਵਾਲੀ ਦੀ ਗਗਨ ਦੇ ਮਾਤਾ? ਹਾਂਜੀ। ਤੁਹਾਡਾ ਨਾਮ? ਸੁਰਜੀਤ ਕੌਰ। ਤੇ ਇਹ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਸਭ ਕੁਝ ਹੋਇਆ ਤੁਹਾਡੇ ਨਾਲ? ਸਾਨੂੰ ਬੁੱਧਵਾਰ ਦੀ ਰਾਤ ਨੂੰ ਪਤਾ ਲੱਗਾ, ਤਾਂ ਉਦੋਂ ਪ੍ਰਾਹੁਣੇ ਨੇ ਫੋਨ ਕੀਤਾ ਸਾਨੂੰ ਇਦਾਂ ਦਾ ਹੋ ਗਿਆ। ਅੱਛਾ, ਖਬਰਾਂ ਦੇ ਮੁਤਾਬਕ ਇਹ ਦੱਸਦੇ ਵੀ ਕਹਿੰਦੇ ਵੀ ਜਸਵੀਰ ਕੌਰ ਦੇ ਹਸਬੰਡ ਨੂੰ ਤੁਸੀਂ ਗੱਲ ਕਰ ਰਹੇ ਕਹਿੰਦੇ ਉਹ ਆਪ ਵੀ ਕਰਨੀ ਸੋ ਟਰੱਕ ਉਹ ਕਰਨੀ ਉਹ ਟਰੱਕ ਤੇ ਗਿਆ ਸੀ ਕੈਲੀਫੋਰਨੀਆ ਲੈ ਕੇ, ਤੇ ਉਹਨੂੰ ਕਿਵੇਂ ਪਤਾ ਲੱਗਿਆ ਵੀ ਪਿੱਛੇ ਕੀ ਹੋ ਗਿਆ? ਜਿੱਥੇ ਕਿਰਾਏ ਤੇ ਰਹਿੰਦੀਆਂ ਜਿੱਦਾਂ ਉਧਰੋਂ ਪਤਾ ਲੱਗਾ ਉਹਨੂੰ। ਕੋਈ ਕੋਈ ਪਹਿਲਾਂ ਜਾਣਦੇ ਸੀ ਗੌਰਵ ਗਿੱਲ ਜਿਹਨੇ ਗੋਲੀਆਂ ਚਲਾਈਆਂ ਜਾਂ ਕੋਈ ਜਿਹਨੂੰ ਖਬਰਾਂ ਆ ਰਹੀਆਂ ਵੀ ਇੱਕ ਦੂਸਰੇ? ਅਜੇ ਸਾਨੂੰ ਕੁਛ ਨਹੀਂ ਇਹਦੇ ਬਾਰੇ ਪਤਾ। ਜਾ ਸਕਦੇ ਉਹਦੇ ਕੋਲ, ਤੁਹਾਨੂੰ ਪਤਾ ਹੀ ਆ। ਅਸੀਂ ਇਹ ਮੰਗ ਕਰਦੇ ਸਾਡੀ ਉਹਨਾਂ ਵੀ ਗੱਲਬਾਤ ਕਰਾਈ ਜਾਵੇ, ਸਾਨੂੰ ਪਤਾ ਲੱਗੋ ਕਿਹੜੇ ਹਾਲਾਤਾਂ ਵਿੱਚ ਆ, ਸਾਨੂੰ ਨਿਆਂ ਮਿਲੇ। ਸਾਡੀ ਬੇਟੀ ਤਾਂ 2 ਜਨਵਰੀ ਨੂੰ ਇਸ ਸਾਲ ਚ ਗਈ ਆ। ਹਾਂਜੀ, ਇਹ ਪਹਿਲਾਂ ਗਈ ਜਿੱਦਾਂ 18 ਸਾਲ ਵਿੱਚ ਬੱਚੀ। ਹਾਂਜੀ, ਵਿਆਹੀ ਹੋਈ ਸੀਗੀ ਉਹਦੀ ਪਿਛਲੇ ਸਾਲ ਹੋਈ ਜਨਵਰੀ ਵਿੱਚ, 2023 ਦੇ ਵਿੱਚ 4 ਜਨਵਰੀ ਦੀ ਮੈਰਿਜ ਸੀ। ਅੱਛਾ, ਗਗਨ ਨੇ ਕਦੀ ਦੱਸਿਆ ਵੀ ਕੋਈ ਉਹਦਾ ਪਿੱਛਾ ਕਰਦਾ ਜਾਂ ਕੋਈ? ਨਹੀਂ ਨਹੀਂ ਭਾਜੀ, ਕੁਛ ਨਹੀਂ ਸਾਨੂੰ ਉਹਨੇ ਦੱਸਿਆ। ਇਹ ਇੱਕਦਮ ਘਾਣਾ ਵਾਪਰਿਆ? ਹਾਂਜੀ ਹਾਂਜੀ। ਤੁਹਾਨੂੰ ਕਿਵੇਂ ਪਤਾ ਲੱਗਾ ਇਸ ਬਾਰੇ ਜਾਂ ਦੱਸਿਆ ਕਿ ਨਹੀਂ, ਕਿਸ ਨੇ ਗੱਲ ਹੋਈ, ਕਿਵੇਂ ਪਤਾ ਲੱਗਾ ਵੀ ਐਗਜ਼ੈਕਟਲੀ ਦੱਸਿਆ ਉਹਨੇ ਕੀ ਹੋਇਆ ਕੀ? ਸਾਨੂੰ ਕੁਛ ਨਹੀਂ ਪਤਾ ਭਾਜੀ।